ਬਾਪੂ ਜੀ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ 1500 ਰੁਪਈਆ ਅਸੀਂ ਔਰਤਾਂ ਨੂੰ ਦਿਆ ਕਰਨਾ, ਪੰਜਾਬ 'ਚ ਵੀ 1000 ਰੁਪਈਆ ਵਾਲਾ ਐਲਾਨ ਆ, ਤੁਹਾਨੂੰ ਲੱਗਦਾ ਵੀ ਫਿਰ ਐਂ ਤਾਂ ਹੁਣ ਬਿਜਲੀ ਕਰਤੀ ਫਿਰ 1000 ਰੁਪਈਆ ਵੀ ਮਿਲ ਗਿਆ, ਫਿਰ ਤਾਂ ਲੋਕ ਤਾਰੀਫ ਕਰਨਗੇ ਇਹਨਾਂ ਦੀ? ਤਾਰੀਫ ਤਾਂ ਬਹੁਤ ਵਧੀਆ ਹੋਊਗੀ ਪੁੱਤਰ, ਜਦੋਂ ਬੁੜੀਆਂ ਨੂੰ ਪੈਸੇ ਮਿਲਣ ਲੱਗ ਤੇ ਬੁੜੀਆਂ ਕਿੱਥੇ ਰਹਿਣਗੀਆਂ, ਕਿੱਥੇ ਚਲੀਆਂ ਜਾਣਗੀਆਂ ਬੁੜੀਆਂ ਦਾ ਜੇ ਨਹੀਂ ਸੂਤ ਆਉਂਦੀਆਂ। ਠੀਕ ਹੈ, 1500 ਬੁੜੀਆਂ ਨੂੰ ਹੋਰ ਦੇ ਦਿਓ, ਘਰੇ ਰਾਂਦ ਚੱਲ ਪੂਗੀ। ਠੀਕ ਹੈ, ਪਰ ਚਲੋ ਵੇਖੋ ਜੇ ਸਰਕਾਰਾਂ ਕਰਦੀਆਂ, ਸਰਕਾਰਾਂ ਦਾ ਹੈਗਾ ਆਪਦਾ ਸਿਸਟਮ, ਤੇ ਪਰ ਗਲਤ ਹੈ ਇਹ ਸਿਸਟਮ। ਤੁਹਾਨੂੰ ਲੱਗਦਾ ਨਹੀਂ ਮਿਲਣੇ ਚਾਹੀਦੇ ਇਹਨਾਂ ਚੀਜ਼ਾਂ ਦੇ? ਚਾਹੀਦੇ ਨਹੀਂ ਮਿਲਣੇ ਚਾਹੀਦੇ, ਪੈਸੇ ਤਾਂ ਨਾ ਉਧਰੋਂ ਚੱਕ ਚੱਕ ਇੱਧਰ ਲਾਈ ਜਾਂਦੇ, ਕੀ ਲਾਭ ਉਹਦਾ? ਲਾਲਚ ਦੇ ਕੇ ਨਹੀਂ ਕੋਈ, ਵੇਖੋ ਇਹ ਤਾਂ ਲਾਲਚ ਦੇ ਕੇ ਵੋਟ ਬਕਲਾਉਣ ਵਾਲੀ ਗੱਲ ਹੈ। ਵੇਖੋ ਇਹੋ ਜਿਹੀ ਫ੍ਰੀ ਦੀਆਂ ਜਿਹੜੀਆਂ ਇਹੋ ਜਿਹੀਆਂ ਸਕੀਮਾਂ, ਇਹ ਗਲਤ ਹੈ ਜੀ। ਬਾਈ ਤੁਸੀਂ ਹੁਣੇ ਤਾਂ ਤਾਰੀਫ ਕੀਤੀ ਬਾਦਲਾਂ ਦੀ, ਮੋਟਰਾਂ ਫ੍ਰੀ, ਉਹ ਚੀਜ਼ ਹੋਰ ਹੈ ਜੀ, ਉਹ ਚੀਜ਼ ਕਿਸਾਨੀ ਦਾ ਮੁੱਦਾ ਹੋਰ ਜੀ, ਇੱਕ 1000 ਲਾਲਚ ਦੇ ਕੇ ਉਹ ਚੀਜ਼ ਹੋਰ ਹੈ ਜੀ। ਠੀਕ ਹੈ, ਜਿਹੜਾ ਕਿਸਾਨੀ ਨੂੰ, ਜਿਹੜੇ ਕਿਸਾਨੀ ਲਈ ਕੰਮ ਕਰੋ, ਅਸੀਂ ਅੱਜ ਵੀ ਕਹਿੰਦੇ ਕਰੋ ਕਿਸਾਨੀ ਲਈ ਕਰੋ। ਜਿਹੜਾ ਇਹ ਤਾਂ ਇੱਕ ਲੋਲੀਪੋਪ ਦੇਣਾ ਹੁੰਦਾ, 1000 ਰੁਪਏ ਦੇ ਦਿਆਂਗੇ ਬੀਬੀਆਂ ਨੂੰ, ਇੱਕ ਹੁੰਦਾ ਵੀ ਉਹਨਾਂ ਨੂੰ ਚਲ ਵੱਖਰਾ ਦੇ ਦਈਏ ਬੰਦਿਆਂ ਤੋਂ ਬਾਹਰ ਹੋ ਕੇ ਸਾਨੂੰ ਵੋਟ, ਇਹ ਗੱਲਾਂ ਹੋਰ ਹੈ ਜੀ। ਉਹ ਵੀ ਕਿਹੜਾ ਦੇਤਾ, ਉਹ ਤਾਂ ਉਹ ਵੀ ਕਿਹਾ ਹੀ ਹੈ ਜੀ, ਉਹ ਵੀ ਇੱਕ ਲਿਫਾਫਾ ਛੱਡਿਆ, ਦੋ ਸਾਲ ਹੋ ਗਏ, ਉਹ ਵੀ ਕਿਹੜਾ ਦੇਤਾ ਜੀ। ਉਹ ਬੱਸਾਂ ਦੇ ਵਿੱਚ ਉਹਨਾਂ ਦਾ ਹੁਣ ਕਿਰਾਇਆ ਮਾਫ਼ ਕਰਤਾ, ਚਲੋ ਚੰਗੀ ਗੱਲ, ਅਸੀਂ ਉਸ ਗੱਲ ਤੋਂ ਉਲਟ ਨਹੀਂ, ਪਰ ਉਹ ਵੀ ਮਾਹੌਲ ਖਰਾਬ। ਵੇਖੋ ਇੱਥੇ ਸਾਡੇ ਗੋਲੂ ਕੇ ਬੱਸ ਸਟੈਂਡ 'ਤੇ ਗਏ ਤੁਸੀਂ, ਗੇੜਾ ਮਾਰਿਓ, ਉੱਥੇ ਕੁਰਬਲ ਹੋਈ ਜਾਂਦੀ, ਧੱਕੇ ਵੱਜੀ ਜਾਂਦੇ, ਚੜਿਆ ਨਹੀਂ ਜਾਂਦਾ, ਸਮਝੋ ਬਾਹਰ ਹੋਇਆ ਪਿਆ ਜੀ ਕੰਮ। ਇਸ ਕਰਕੇ ਕੋਈ ਇਹਦਾ ਨਾ ਐਡਾ ਕੋਈ ਲਾਭਕਾਰੀ ਗੱਲਾਂ ਨਹੀਂ ਇਹ ਜਿਹੜੀਆਂ, ਜਿਹੜੇ ਲੋਲੀਪੋਪ ਦੇਣੇ, ਕੋਈ ਠੋਸ ਕੰਮ ਕਰੋ ਜਿਹੜੇ ਦਿਸਣ, ਜਿਹੜੇ ਠੋਸ ਕੰਮ। ਅਸੀਂ ਇੱਟ ਇੱਟ ਕਰੀ ਜਾਂਦੇ ਹਾਂ, ਉੱਧਰ ਸੀਐਮ ਮਾਨ ਕਹਿੰਦੇ ਵਿਧਾਨ ਸਭਾ ਦੇ ਵਿੱਚ ਪ੍ਰਤਾਪ ਬਾਜਵਾ ਦੇ ਵਿਰੋਧੀਆਂ ਦੇ, ਕਹਿੰਦੇ ਮੈਂ ਇੱਟ ਵਾਂਗੂ ਵੱਜਦਾ, ਕਹਿੰਦੇ ਇੱਟ ਵਾਂਗੂ ਵੱਜਦਾ। ਠੀਕ ਹੈ, ਵੱਜਣਾ ਵੀ ਚਾਹੀਦਾ, ਠੀਕ ਹੈ ਕਿ ਨਹੀਂ? ਪਰ ਇਹਨਾਂ ਨੇ ਨਾ ਆਹ ਜਿਹੜੇ ਦੋ ਕੰਮ ਕੀਤੇ ਆ, ਬਾਦਲਾਂ ਨੇ ਬਿਜਲੀ ਮਾਫ਼ ਕੀਤੀ ਮੋਟਰਾਂ ਦੀ, ਬਹੁਤ ਨੁਕਸਾਨ ਕੀਤਾ, ਇਹਨਾਂ ਨੇ ਘਰਾਂ ਦੀ ਮਾਫ਼ ਕੀਤੀ, ਬਹੁਤ ਨੁਕਸਾਨ ਕੀਤਾ, ਕਿੱਥੋਂ ਪੈਸਾ ਆਊਗਾ, ਕਾਹਦੇ ਨਾਲ ਰੁਜ਼ਗਾਰ ਚੱਲੂਗਾ, ਪੈਸਾ ਕਿਤੋਂ ਨਹੀਂ ਆਉਣਾ, ਤੇ ਕਰਜ਼ਾ ਚੱਕ ਚੱਕ ਲਈ ਜਾਣਗੇ ਤੇ ਮੁਲਕ ਕਮਜ਼ੋਰ ਹੋਈ ਜਾਂਦਾ। ਦੋਸ਼ ਤਾਂ ਲੱਗਦੇ ਆਮ ਆਦਮੀ ਪਾਰਟੀ ਤੇ ਵੀ, ਇਹਨਾਂ ਨੇ ਕਰਜ਼ਾ ਬਹੁਤ ਥੋੜੇ ਟਾਈਮ 'ਚ ਜ਼ਿਆਦਾ ਹੀ ਲਿਆ, ਜ਼ਿਆਦਾ ਚੱਕ ਲਿਆ, 70-80 ਲੱਖ ਰੁਪਈਆ ਚੱਕ, ਕਰੋੜਾਂ ਦੇ ਹਿਸਾਬ ਨਾਲ ਚੱਕ ਲਿਆ, ਤੇ ਉਹ ਕਿੱਥੋਂ ਆਊ? ਚੜਿਆ ਤਾਂ ਮੁਲਕ ਦੇ ਸਿਰ ਹੀ ਆ, ਜ਼ਿਮੀਂਦਾਰਾਂ ਦੇ ਸਿਰ ਹੀ ਚੜ ਗਿਆ ਕਹਿਣ ਦਾ ਭਾਵ, ਜਾਂ ਜਨਤਾ ਦੇ ਸਿਰ ਚੜ ਗਿਆ। ਜਦੋਂ ਪੰਜਾਬ ਸੂਬੇ ਦੇ ਸਿਰ ਕਰਜ਼ਾ ਚੜ੍ਹਦਾ ਤਾਂ ਸਾਡੇ ਸਾਰਿਆਂ ਦੀ, ਉਹ ਸਾਰੀ ਦੁਨੀਆਂ 'ਚ ਹੀ ਆ ਜਾਣਾ ਵਿੱਚ, ਤੇ ਕੀ ਲਾਭ ਹੋਇਆ ਉਹਦਾ? ਕੋਈ ਲਾਭ ਨਹੀਂ। ਮੰਨ ਲਓ ਜੇ ਦਿੰਦੇ ਆ 1500 ਰੁਪਈਏ, ਜਿਵੇਂ ਤੁਸੀਂ ਕਿਹਾ ਵੀ ਜਨਾਨੀਆਂ ਤਾਂ ਅੱਗੇ ਨਹੀਂ ਟਿਕਦੀਆਂ, ਤਾਂ ਫਿਰ 1500 ਨਹੀਂ ਲਾਓਗੇ ਤੁਸੀਂ? ਮੰਨ ਲਓ ਤੁਹਾਡੇ ਘਰ ਦੇ ਨਹੀਂ ਲੈਣਗੇ? ਨਹੀਂ, ਜਦੋਂ ਅਗਲੇ ਧੱਕੇ ਨਾਲ ਦੇਈ ਜਾਂਦੇ ਲੈਣਗੇ ਕਿਉਂ ਨਾ, ਜਨਾਨੀਆਂ ਦਾ ਭਗਵਤ ਨਾ ਵੀ ਨਹੀਂ ਪਾਸੇ ਜਾਊਗੀ, ਨਹੀਂ ਨਾ ਨਹੀਂ, ਅਸੀਂ ਤਾਂ ਇਹਨੇ ਨਹੀਂ ਦੇਣਾ ਚਾਹੀਦਾ, ਬਿਲਕੁਲ ਨਹੀਂ। ਪੈਨਸ਼ਨ ਲੱਗੀ ਜੀ ਦੀ, ਉਹਨੂੰ ਤਾਂ ਉਹਨਾਂ ਨੇ ਦੇਣਾ ਨਹੀਂ, ਤੇ ਚਾਹੀਦਾ ਹੀ ਨਹੀਂ, ਕਿਸੇ ਨੂੰ ਵੀ ਨਹੀਂ ਦੇਣਾ ਚਾਹੀਦਾ। ਚਾਹੀਦਾ ਕੀ ਹੈ, ਮੰਗਾਂ ਕੀ ਨੇ ਤੁਹਾਨੂੰ ਲੱਗਦਾ, ਕੀ ਕੰਮ? ਮੰਗਾਂ ਤੇ ਕੋਈ ਚਾਹੀਦੇ ਕੰਮ ਕਰਨ ਜਿਹੜੇ ਕੋਈ ਕਿਸੇ ਦੇ ਵਿੱਚ ਦਿੱਖ ਆਵੇ, ਚਾਹੀਦੇ ਕਿਹੜੇ ਦੱਸੋ ਨਾ ਉਹਨਾਂ ਨੂੰ, ਆਪਾਂ ਹੀ ਦੱਸਾਂਗੇ, ਮੰਗਾਂ ਆਪਣੀਆਂ ਹੁੰਦੀਆਂ। ਕੀ ਤੁਹਾਨੂੰ ਦੱਸੀਏ ਹੁਣ, ਗਰਾਂਟਾਂ ਆਈ ਜਾਂਦੀਆਂ, ਸਰਪੰਚ ਖਾਈ ਜਾਂਦੇ ਆ, ਤੇ ਗਾਂ ਦਾ ਕਿਤੇ ਕੋਈ ਲਾਉਂਦਾ ਨਹੀਂ ਗਾ, ਤੇ ਹੁਣ ਕੀ ਦੱਸੀਏ ਹੁਣ? ਹਰੇਕ ਪਿੰਡ ਦੇ ਵਿੱਚ ਤੈਨੂੰ ਪਤਾ ਹੀ ਆ ਸ਼ਿਹਰਾ, ਕਿਸੇ ਦੀ ਕਿਸੇ ਨਾਲ ਸਿੱਟਾਂ, ਕਿਸੇ ਦੀ ਆਪਾਂ ਗੱਲ ਬੋਲਦੇ ਹਾਂ ਤੇ ਅਗਲੇ ਨੂੰ ਮਹਿਸੂਸ ਹੁੰਦਾ ਵੀ ਯਾਰ ਇਹ ਗਲਤ ਬੋਲਦੇ ਆ ਕਿ ਨਹੀਂ, ਤੇ ਉਹਦਾ ਲਾਭ। ਤੁਹਾਡੇ ਸਰਪੰਚ ਸਰਪੰਚ ਕਿਹੜੀ ਪਾਰਟੀ ਦੇ ਨੇ ਤੁਹਾਡੇ? ਸਾਡੇ ਪਾਰਟੀ ਦੇ ਸਾਰੇ ਹੀ ਹੈਗੇ ਆ, ਦੋ ਸਰਪੰਚ ਆ ਇੱਥੇ। ਠੀਕ ਹੈ ਕਿ ਨਹੀਂ? ਜਿਹੜੇ ਪਾਸੇ ਜਿਵੇਂ ਕਿਸੇ ਦਾ ਸੈਟਿੰਗ ਆ ਉੱਧਰ ਹੀ ਹੋਣੀ ਆ ਗੱਲ, ਤੇ ਕੀਤਾ ਤਾਂ ਕਿਸੇ ਨੇ ਕੁਛ ਵੀ ਨਾ। ਸੜਕਾਂ ਸੁੜਕਾਂ ਤਾਂ ਠੀਕ ਜੇ ਬਣੀਆਂ, ਇਹ ਬਣੀਆਂ ਨੂੰ ਕੀਤਾ ਕਿੰਨਾ ਚਿਰ ਹੋ ਗਿਆ? ਹਾਂ ਦੱਸੋ ਨਾ, ਤੁਹਾਨੂੰ ਤਾਂ ਪਤਾ ਹੀ ਨਹੀਂ, ਇਹ ਤਾਂ ਬੜੇ ਚਿਰ ਦੀ ਬਣੀਆਂ। ਸਾਰਾ ਸਾਡੇ ਪਿੰਡ ਵਿੱਚ ਜਿੰਨਾ ਵਿਕਾਸ ਹੋਇਆ ਨਾ ਜੀ ਅਕਾਲੀ ਦਲ ਦੇ ਸਮੇਂ 'ਚ, ਸਾਡੇ ਜਿੰਨੀਆਂ ਗਲੀਆਂ ਪੱਕੀਆਂ ਹੋਈਆਂ ਅਕਾਲੀ ਦਲ ਦੇ ਸਮੇਂ 'ਚ, ਹਸਪਤਾਲ ਡੰਗਰ ਪਸ਼ੂ ਹਸਪਤਾਲ ਸਾਡੇ ਬਣਿਆ ਅਕਾਲੀ ਦਲ ਦੀ ਸਰਕਾਰ ਦੇ ਵਿੱਚ, ਸਾਡੇ ਕਮਿਊਨਿਟੀ ਹਾਲ ਬਣਿਆ ਅਕਾਲੀ ਦਲ ਦੀ ਸਰਕਾਰ ਦੇ ਵਿੱਚ, ਸਾਡੇ
ਜਿਹੜੇ ਬਈ ਇੱਕ ਜਿਵੇਂ ਤੁਸੀਂ ਸੜਕਾਂ ਦੀ ਗੱਲ ਕਰਤੀ, ਉਹ ਐਵੇਂ ਹੀ ਕਹਿੰਦੇ ਨਾ ਵੀ ਫਿਰ ਆ ਟੋਲ ਵਾਲਾ ਢੋਲ ਵੀ ਤਾਂ ਅਕਾਲੀਆਂ ਨੇ ਸਾਡੇ ਸਿਰ ਪਾਇਆ, ਤੇ 4 ਕਿਲੋਮੀਟਰ ਜਾਈਦਾ ਟੋਲ ਵੱਜਦਾ ਮੱਥੇ 'ਚ। ਅਸੀਂ ਕੋਈ ਅਕਾਲੀ ਦਲ ਦੀ ਇੱਥੇ ਨਹੀਂ ਉਹ ਕਰ ਰਹੇ, ਪਤਾ ਕੀ ਅਸੀਂ ਅਸੀਂ ਤਾਂ ਆਪਦੇ ਪਿੰਡ ਦੀ ਗੱਲ ਕਰਾਂ, ਉਹ ਜੇ ਟੋਲ ਵਾਲੇ ਤਾਂ ਵੱਡੇ ਵੱਡੇ ਲੈਵਲ ਦੀਆਂ। ਨਹੀਂ ਬਾਪੂ, ਸਰਕਾਰਾਂ ਆਪਣੇ ਕੋਲੋਂ ਰੋਡ ਟੈਕਸ ਲੈਂਦੀਆਂ, ਜਦੋਂ ਆਪਾਂ ਗੱਡੀ ਲੈਂਦੇ ਹਾਂ ਮੋਟਰਸਾਈਕਲ ਲੈਂਦੇ ਹਾਂ ਉਦੋਂ ਵੀ ਪੈਸੇ ਕੱਟੇ ਜਾਂਦੇ ਆ, ਵਿੱਚ ਲੱਗ ਕੇ ਆਉਂਦੇ ਆ। ਫਿਰ ਆਪਾਂ ਕੁਛ ਕਿਲੋਮੀਟਰ ਜਾਈਦਾ, ਹੁਣ ਚੰਡੀਗੜ੍ਹੋਂ ਜਲਾਲਾਬਾਦ ਆਉਣਾ ਹੋਵੇ, ਫਿਰੋਜ਼ਪੁਰ ਆਉਣਾ ਹੋਵੇ, ਤਾਂ ਮੈਨੂੰ ਲੱਗਦਾ 4-5 ਟੋਲ ਪੈ ਜਾਂਦੇ ਰਾਹ 'ਚ। ਪੈਂਦੇ ਆ, ਹਾਂ ਟੋਲ ਤਾਂ ਪੈਂਦੇ ਆ। ਹੁਣ ਟੋਲਾਂ ਨੂੰ ਕੀ ਕਰੀਏ, ਹੁਣ ਸਰਕਾਰ ਆ ਜਮਰ ਨੂੰ ਦਿੱਲੀ ਜਾਣ ਨਹੀਂ ਦਿੰਦੇ, ਤੇ ਦਿੱਲੀਓਂ ਇੱਥੇ ਕਿਉਂ ਆਉਂਦੇ ਆ? ਇੱਕ ਮਿਸਾਲ ਤੇ ਗੱਲ ਹੈ ਵੀ ਦਿੱਲੀ ਸਾਨੂੰ ਤਾਂ ਜਾਣ ਨਹੀਂ ਦਿੱਤਾ ਜਾਂਦਾ, ਤੇ ਉਹ ਕਿਉਂ ਆਉਂਦੇ ਆ ਇੱਥੇ? ਫਿਰ ਉਹਨਾਂ ਨੂੰ ਵੀ ਨਹੀਂ ਆਉਣਾ ਚਾਹੀਦਾ? ਪਰ ਇੱਕ ਸਿਰਫ ਧੱਕੇਸ਼ਾਹੀ ਆ ਨਾ। ਅੱਛਾ, ਜੇ ਅਸੀਂ ਸਾਡੇ ਕਿਸਾਨ ਜਾਂਦੇ ਆ ਦਿੱਲੀ ਜਾਂਦੇ ਆ, ਉੱਥੇ ਕੋਈ ਕੁਛ ਅੱਕਦੇ ਤਾਂ ਨਹੀਂ, ਗੱਲਾਂ ਬਾਤਾਂ ਹੀ ਕਰਨੀਆਂ, ਜਾਂ ਤੇਰਾ ਮੇਰਾ ਰੋਸ ਮੁਸ਼ਹਿਰਾ, ਤੇ ਆਪਾਂ ਇੱਕ ਦੂਜੇ ਨੂੰ ਕਹਿੰਦੇ ਵੀ ਸਾਡੀ ਆਹ ਮੰਗ ਪੂਰੀ ਕਰੋ, ਕਰਨੀ ਨਾ ਕਰਨੀ ਸਰਕਾਰ ਦੀ ਮਰਜ਼ੀ ਆ, ਕਿਉਂ ਨਹੀਂ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਂਦੀਆਂ? ਉਹ ਕਹਿੰਦੇ ਆ ਕਿਸਾਨਾਂ ਨੂੰ ਸਮਝ ਹੀ ਨਹੀਂ ਆਉਂਦੀ, ਅਸੀਂ ਤਾਂ ਇਹਨਾਂ ਦੀ ਫਾਇਦੇ ਦੀ ਗੱਲ ਕਰਨੇ ਆ, 5 ਫਸਲਾਂ ਤੇ MSP ਲੈ ਲਓ, ਦਾਲਾਂ ਦੂਲਾਂ ਮਸਰਾਂ। ਨਹੀਂ ਉਹ ਠੀਕ ਆ, ਉਹ ਤਾਂ ਕਹਿੰਦੇ ਆ 5 ਫਸਲਾਂ ਤੇ MSP ਲੈ ਲਓ, ਤੇ ਜਿਹੜੀਆਂ ਬਾਕੀ ਦੀਆਂ ਉਹ ਕੌਣ ਦੇਵੇ ਫਿਰ? ਹੁਣ ਚੱਲ ਮੰਨ ਲਾ ਅਸੀਂ ਲੈ ਲੈਣੀ ਇੱਕ ਚੀਜ਼ ਤੁਹਾਡੇ ਤੋਂ, ਲੈ ਲਈ ਚੀਜ਼ ਇੱਕ, ਅਸੀਂ ਤਾਂ ਚੱਲ ਆਪਦਾ ਗੁਜ਼ਾਰਾ ਚਲਾ ਲਿਆ, ਤੇ ਜਿਹੜੇ ਬਾਕੀ ਰਹਿ ਗਏ ਉਹ ਕਿੱਥੋਂ ਲੈਣ? ਇਹ ਤਾਂ ਜਾਂ ਤਾਂ ਦੇਣ ਸਾਰੀ ਦੁਨੀਆਂ ਨੂੰ ਦੇਣ, ਸਾਰਿਆਂ ਦਾ ਸਰਕਲ ਚੱਲੇ, ਤੇ ਚੱਲ ਆਪਦਾ ਹਰ ਇੱਕ ਬੰਦਾ ਰੋਟੀ ਖਾਈ ਜਾਵੇ, ਤੇ ਸਰਕਾਰ ਨੂੰ ਕਮਾਈ ਆਈ ਜਾਵੇ, ਟੈਕਸ ਟੂਕਸ ਜਿਹੜੇ ਮਾੜੇ ਮੋਟੇ ਕਰ ਲੈਣਾ ਆਪਦਾ ਸੈਟਿੰਗ ਵੈਟਿੰਗ। ਤਾਂ ਤੁਹਾਨੂੰ ਲੱਗਦਾ ਵੀ ਹੁਣ ਕਾਂਗਰਸ ਵੀ ਆ ਮੈਦਾਨ 'ਚ, ਆਪਾਂ ਹੁਣ ਦੇਸ਼ ਪੱਧਰ ਦੀ ਗੱਲ ਕਰ ਲੈਂਦੇ ਹਾਂ, 13 ਸੀਟਾਂ ਚਲੋ ਪੰਜਾਬ ਦੀਆਂ ਵੀ ਹੋ ਗਈਆਂ, ਪਰ ਊਂ ਵੱਡੀ ਲੜਾਈ ਤਾਂ ਦੇਸ਼ ਪੱਧਰ ਦੀ ਹੈ ਨਾ ਇਸ ਵਾਰ, ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੇ ਹੋ ਗਏ। ਹੁਣ ਚੱਕਰ ਇਹ ਪੈਂਦਾ, ਕਹਿੰਦੇ ਇੱਕ ਪਾਸੇ ਤੁਸੀਂ ਗੱਠਜੋੜ ਕਰ ਲਿਆ, ਦੂਜੇ ਪਾਸੇ CM ਭਗਵੰਤ ਮਾਨ ਤੇ ਪ੍ਰਤਾਪ ਬਾਜਵਾ ਇੱਕ ਦੂਜੇ ਨੂੰ ਮਿਹਣੋ ਮਿਹਣੀ ਹੋ ਜਾਂਦੇ। ਇਹਨਾਂ ਨੇ ਤਾਂ ਆਪਦੀਆਂ ਰੋਟੀਆਂ ਸੇਕਣੀਆਂ ਜਿਵੇਂ ਮਰਜ਼ੀ ਸੇਕੀਆਂ ਜਾਣ, ਇਹਨਾਂ ਨੇ ਤਾਂ ਰਾਜ ਕਰਨਾ ਬਈ, ਤੈਨੂੰ ਮੈਨੂੰ ਧੱਕੇ ਧਾਈਆਂ ਕਰਕੇ ਰਾਜ ਕਰ ਲੈਣਾ, ਠੀਕ ਹੈ ਕਿ ਨਹੀਂ? ਜਦੋਂ ਹੁਣ ਇਕੱਠਜੋੜ ਕਰ ਲਿਆ, ਤੇ ਇਹ ਇਹ ਕੀ ਸਮਝਦੇ ਆ ਵੀ ਸਾਰੀਆਂ ਸੀਟਾਂ ਲੈ ਕੇ ਅਸੀਂ ਜਿੱਤ ਜਾਾਂਗੇ? ਨਹੀਂ ਜਿੱਤਦੇ, ਨਹੀਂ ਜਿੱਤਦੇ। ਲੋਕਾਂ ਦਾ ਸਗੋਂ ਰੋਸ ਮੁਜ਼ਾਹਰਾ ਵੱਧ ਜਾਣਾ, ਠੀਕ ਹੈ? ਇੱਕ ਰੋਸ ਕਹਿੰਦੇ ਹੋਰ ਅਕਾਲੀ ਦਲ ਵੀ, ਹੁਣ ਕੱਲ੍ਹ ਚਲੋ ਉਹਨਾਂ ਦਾ ਬਰਸੀ ਸੀਗੀ ਪ੍ਰਕਾਸ਼ ਸਿੰਘ ਬਾਦਲ ਦੀ, ਤਾਂ ਉੱਥੇ ਜਿਹੜਾ ਕੀ ਆ ਬੋਲੇ ਨੇ ਜਾਖੜ ਹੋਣੀ ਬੋਲੇ ਨੇ, ਭਾਜਪਾ ਦੀ ਕਈ ਲੀਡਰਸ਼ਿਪ ਬੋਲੀ ਹੈ, ਕਈ ਕਿਹਾ ਜਾਂਦਾ ਵੀ ਬਸ ਹੁਣ ਐਲਾਨ ਹੀ ਹੋਣਾ ਵੀ ਇਹਨਾਂ ਨੇ ਗੱਠਜੋੜ ਅਕਾਲੀ ਭਾਜਪਾ ਦਾ ਵੀ ਫਿਰ ਤੋਂ ਹੋ ਗਿਆ। ਹਾਂ, ਤੇ ਹੋ ਜੇ ਅਕਾਲੀ ਭਾਜਪਾ ਦਾ ਹੋਜੂਗਾ ਤੇ ਵੋਟਾਂ ਨਾ ਪਾਉਣਗੇ ਲੋਕ, ਹੋਰ ਕੀ ਹੋਜੂਗਾ? ਜਦੋਂ ਆਪਾਂ ਨੂੰ ਕੋਈ ਕਿਸਾਨੀ ਦਾ ਮੁੱਦਾ ਨਹੀਂ ਦਿੰਦੇ, ਕਿਸਾਨਾਂ ਦੇ ਹੱਕ ਚ ਲੈ ਕੇ ਆਉਂਦਾ, ਮਤਲਬ ਜਿਵੇਂ ਕਿਸਾਨ ਬੈਠੇ ਉੱਥੇ ਦਿੱਲੀ, ਜੋ ਮੰਗਾਂ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ, ਉਹ ਤੋਂ ਐਲਾਨ ਆਉਂਦਾ, ਫਿਰ ਕੋਈ ਫਾਇਦਾ ਆਊਗਾ? ਨਹੀਂ ਤਾਂ ਨੁਕਸਾਨ ਹੈ, ਨਹੀਂ ਤਾਂ ਨੁਕਸਾਨ।